केंद्र सरकार वालों जारी किए गए खेती ऑर्डिनेंसा अते बिजली सोर बिल 2020 नूं रद्द करवाउण दी मंग नूं लैके वख-वख किसान मजदूर जथेबंदियां दे सांझे मोर्चे वालों डिप्टी कमिश्नर दफ्तर फाजिलका दे बाहर रोस धरना दिता गया। इस मौके वड्डी गिणती विच पुज्जे वख-वख जथेबंदियां दे किसानां जिन्हां विच औरतां ते बच्चे भी शामिल सन ने केंद्र सरकार खिलाफ आर पार दी लड़ाई दा बिगुल बजाया। इस दौरान किसानां मजदूरां दे इक जथे ने गिरफ्तारियां लई अपने आप नूं डीसी दफ्तर च पेश कीता। इस मौके किसान आगुआं ने कहा कि केंद्र दी मोदी सरकार ने जो खेती नाल संबंधित 3 ऑर्डिनेंस जारी कीते हन उह किसानां दी मौत दे वारंटा ते हस्ताक्षर हन। ਇਹ ਜਿਹਨਾਂ ਇਹਨਾਂ ਨੇ ਕਰੋਨਾ ਦੀ ਆੜ ਵਿੱਚ ਆਰਡੀਨੈਂਸ ਇਹਨਾਂ ਨੇ ਪਾਸ ਕੀਤੇ ਆ, ਇਹ 3 ਆਰਡੀਨੈਂਸ ਹੈ, ਬਹੁਤ ਖਤਰਨਾਕ ਆਰਡੀਨੈਂਸ ਹੈ। ਇਹ ਕਿਸਾਨ ਅਤੇ ਮਜ਼ਦੂਰ ਅਤੇ ਗਰੀਬ ਦੀ ਤਬਾਹੀ ਹੈ। ਅਬਾਨੀਆਂ ਡਾਨੀਆਂ ਦਾ ਸਾਥ ਦੇ ਰਹੇ ਨੇ, ਘਰਾਓ ਕਰ ਰਹੇ ਹਾਂ। ਬਹੁਤ ਲੰਮਾ ਜਿਹਨ ਪਰੋ ਅੰਦੋਲਨ ਦਾ ਮੋਰਚਾ ਲਾਇਆ ਅਤੇ ਅਸੀਂ ਉਨ੍ਹਾਂ ਚਿਰ ਨਹੀਂ ਇੱਥੋਂ ਧਰਨਾ ਚੱਕਾਂਗੇ ਜਿੰਨਾ ਚਿਰ ਉਹ ਸੈਂਟਰ ਸਰਕਾਰ ਆਰਡੀਨੈਂਸ ਰੱਦ ਕਰੇਗੀ। ਜਿੰਨਾ ਚਿਰ ਆਰਡਰ ਨਹੀਂ ਹੋਣਗੇ ਇਹ ਸਾਰਾ ਸੰਘਰਸ਼ ਅਸੀਂ ਦਿਨ ਬਰ ਦਿਨ ਆਦੀਆਂ ਪਰਸਨਲ ਮੀਟਿੰਗਾਂ ਵੀ ਕਰਕੇ ਜੇਲ੍ਹ ਭਰੋ ਅੰਦੋਲਨ ਅਸੀਂ 11 ਤਰੀਕ ਨੂੰ ਹੋਰ ਸੰਘਰਸ਼ ਜ਼ਿਆਦਾ ਤੇਜ਼ ਕਰਕੇ ਬੱਚਾ ਬੱਚੀ ਜਿੱਦਾਂ ਅਸੀਂ ਚੁੱਕ ਦਿਆਂਗੇ ਆਰਡੀਨੈਂਸ ਅਸੀਂ ਰੋਕ ਦਿਆਂਗੇ। ਮੇਰੇ ਨਾਲ ਜਿਹੜੇ ਵੀ ਆਏ ਆ ਸਾਰੇ ਸਮਰਥਨ ਦੇ ਰਹੇ ਨੇ ਕਿਸਾਨ ਯੂਨੀਅਨ ਵਾਲੇ ਵੀ ਹੋਰ ਵੀ, ਇਹਨਾਂ ਦੀ ਇੱਕੋ ਹੀ ਨੀਤੀ ਹੈ ਆਰਡੀਨੈਂਸ ਰੱਦ ਕੀਤਾ ਜਾਵੇ। ਹਜੇ ਤਾਂ ਇਹਨਾਂ ਨੂੰ ਸੈਂਪਲ ਦਿਖਾਇਆ, ਹਜੇ ਪਿੱਛੋਂ ਤਿਆਰੀਆਂ ਵੀ ਹੋ ਰਹੀਆਂ ਨੇ। ਇਹ ਤਾਂ ਹਜੇ ਅਸੀਂ ਜਿਵੇਂ ਕਹਿੰਦੇ ਨੇ 10% ਵੀ ਨਹੀਂ ਹਜੇ ਨਿਕਲੇ, ਕਿਉਂਕਿ ਜਥੇਬੰਦੀਆਂ ਜਿੰਨੀਆਂ ਵੀ ਨੇ ਇਹ ਸਾਰਿਆਂ ਦਾ ਇੱਕੋ ਹੀ ਮੋਰਚਾ ਹੁੰਦਾ, ਕਿਸਾਨੀ ਬਚਾਓ, ਗਰੀਬੀ ਬਚਾਓ। ਆਹ ਜਿਹੜੀ 20,000 ਏਕੜ ਇਹਨਾਂ ਨੇ ਖਰੜਾ ਤਿਆਰ ਕੀਤਾ, ਆਹ 2 ਰੁਪਏ ਯੂਨਿਟ ਵਾਲਾ ਅਸੀਂ ਕਰਾਉਣ ਨੂੰ ਅਸੀਂ ਸਭ ਤੋਂ ਅੱਗੇ ਆਏ ਹਾਂ। ਕਰੋਨਾ ਦੀ ਆੜ ਵਿੱਚ ਜਿਹੜਾ ਵੀ ਇਹ ਅਸੀਂ ਰੱਦ ਕਰਾਉਣ ਦੇ ਵਿੱਚ ਅਸੀਂ ਹਾਜ਼ਰ ਹੋਏ ਹਾਂ। ਅਤੇ ਦੂਸਰਾ, ਆਹ ਜਿਹੜੇ ਮਾਸਕ ਲਾ ਕੇ 500-500 ਰੁਪਏ ਦਾ ਚਲਾਨ ਕੱਟ ਰਹੇ ਆ, ਅਸੀਂ ਇਹਨਾਂ ਦਾ ਵੀ ਬਹੁਤ ਜ਼ਿਆਦਾ ਵਿਰੋਧ ਕਰਦੇ ਹਾਂ ਕਿ ਇਹ ਕਰੋਨਾ ਹੈਗੀ ਕਿਤੇ ਆ। ਇਹ ਕਰੋਨਾ ਵੱਡੇ ਵੱਡੇ ਮੰਤਰੀਆਂ ਨੂੰ ਹੈ ਜਾਂ ਵੱਡੇ ਅਫਸਰਾਂ ਨੂੰ ਹੈ। ਜਦੋਂ ਜਦੋਂ ਅਸੀਂ ਕਰਾਓ ਦਾ ਟਾਈਮ ਨੇੜੇ ਆਉਂਦਾ, ਇਹ ਕਦੇ DC ਨੂੰ ਕਰਾਉਣਾ ਪਾ ਦਿੰਦੇ ਆ, ਕਦੇ ਕਿਸੇ ਨੂੰ ਪਾ ਦਿੰਦੇ ਆ। ਜਿਹੜੀ ਜੇ ਕਰੋਨਾ ਹੁੰਦੀ ਤਾਂ ਪੰਛੀ ਸਾਰੇ ਅੱਜ ਨੂੰ ਮਰ ਚੁੱਕੇ ਹੁੰਦੇ। ਅਸੀਂ ਆਰ ਪਾਰ ਦੀ ਲੜਾਈ ਵੇਖੋ ਜੀ, ਪਹਿਲਾਂ ਸਾਡੀ ਸੀ ਲੜਾਈ ਆਹ ਛੋਟੀ ਮੋਟੀ ਲੜਾਈ, ਹੁਣ ਅਸੀਂ ਆਹ ਤਲੀ 'ਤੇ ਜਾਨ ਰੱਖ ਕੇ ਆਏ ਹਾਂ। ਆਰ ਪਾਰ ਦੀ ਲੜਾਈ ਅਸੀਂ ਲੜਾਂਗੇ। ਜਿਹੜੀਆਂ ਬੀਬੀਆਂ ਮਾਤਾਵਾਂ ਬੱਚੇ, ਮੇਰੇ ਖੁਦ ਬੱਚੇ, ਮੈਂ ਅੱਜ ਉਹਨਾਂ ਨੂੰ ਹਰੀ ਪੱਟੀ ਬੰਨ ਕੇ DC ਸਾਹਿਬ ਦੇ ਅੱਗੇ ਮੈਂ ਇਹ ਕਰਾਂਗਾ, ਜੇਲ੍ਹ ਭਰੋ ਅੰਦੋਲਨ। ਜਿਸ ਤਰ੍ਹਾਂ ਅੱਜ ਸਾਰਿਆਂ ਨੂੰ, ਮੇਰੇ ਬੱਚੇ ਆ ਮੇਰੇ ਨਾਲ ਆਏ ਆ, 2 ਬੁੜੀਆਂ 1 ਮੁੰਡਾ ਮੇਰੇ ਘਰ ਦੇ, ਮੇਰੇ ਆਪਦਾ ਪਰਿਵਾਰ, ਜਿਸ ਤਰ੍ਹਾਂ ਗੁਰੂ ਗੋਬਿੰਦ ਜੀ ਨੇ ਆਪਣੇ 4 ਕਿਉਂ ਬਾਰੇ, ਆਪਣੇ ਦੇਸ਼ ਦੀ ਖਾਤਰ, ਆਪਣੇ ਬੱਚਿਆਂ ਦੀ ਖਾਤਰ, ਆਪਣੇ ਸਾਰੇ ਜਿਹੜੇ ਵੀ ਆ ਸਿੱਖੀ ਨੂੰ ਬਚਾਉਣ ਲਈ, ਇਸੇ ਤਰ੍ਹਾਂ ਅਸੀਂ ਉਹਨਾਂ ਦੀ ਅੰਸ਼ ਵਿੱਚੋਂ ਹਾਂ। ਅਸੀਂ ਉਹ ਰਾਜੇ ਮਹਾਰਾਜਿਆਂ ਵਿੱਚੋਂ ਨਹੀਂ ਹਾਂ, ਅਸੀਂ ਕੁਰਬਾਨੀ ਦਿੱਤੀ ਆਏ ਹਾਂ ਅਤੇ ਦਿੰਦੇ ਰਹਾਂਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਗਰੁੱਪ ਵੱਲੋਂ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਸਮਰਥਨ ਕੀਤਾ ਗਿਆ ਪੂਰੇ ਪੰਜਾਬ 'ਚ, ਜਿੱਥੇ ਜਿੱਥੇ ਜਿਹੜੀਆਂ ਜਥੇਬੰਦੀਆਂ ਹੈਗੀਆਂ। ਇਹ ਜ਼ਰੂਰੀ ਨਹੀਂ ਹੈ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ, ਜਿੱਥੇ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਨਹੀਂ ਹੈ ਉੱਥੇ ਉਗਰਾਹ ਗਰੁੱਪ ਹੈ, ਤੋਂ ਵੀ DC ਦਫ਼ਤਰ 'ਤੇ ਧਰਨੇ ਦੇਵੇਗਾ ਅਤੇ ਗ੍ਰਿਫਤਾਰੀਆਂ ਦੇਵੇਗਾ। ਅਤੇ ਇਹ ਜਿਹੜਾ ਸੰਘਰਸ਼ ਹੈ ਇਹ ਰੋਜ਼ ਦੀ ਰੋਜ਼ ਤੇਜ਼ ਕੀਤਾ ਜਾਵੇਗਾ ਅਤੇ ਵੱਧਦੇ ਜਾਣਗੇ। ਮੇਨ ਸਾਡਾ ਮੰਗ ਹੈਗੀ ਆ ਕਿ ਸਰਕਾਰ ਕਿਸਾਨੀ ਵਿਰੁੱਧ 3 ਆਰਡੀਨੈਂਸ ਲੈ ਕੇ ਆਈ ਹੈ। ਇਹ ਕਿਸਾਨੀ ਦਾ ਮੌਤ ਦਾ ਪੱਤਰ ਲੈ ਕੇ ਆਈ ਹੈ, ਨਾ ਕਿ ਆਰਡੀਨੈਂਸ ਲੈ ਕੇ ਆਈ ਹੈ। ਕਿਸਾਨ ਮਜ਼ਦੂਰ ਦੀ ਮੌਤ ਹੈ, ਇਹ ਇਕੱਲੇ ਆਰਡੀਨੈਂਸ ਕਿਸਾਨ ਦੇ ਖਿਲਾਫ਼ ਨਹੀਂ, ਇਹ ਹਰ ਵਰਗ ਦੇ ਖਿਲਾਫ਼ ਹੈ। ਇਹ ਮਜ਼ਦੂਰ ਦੇ ਵੀ ਖਿਲਾਫ਼ ਹੈ, ਮੁਲਾਜ਼ਮ ਦੇ ਵੀ ਖਿਲਾਫ਼ ਹੈ, ਛੋਟੇ ਦੁਕਾਨਦਾਰ ਦੇ ਵੀ ਖਿਲਾਫ਼ ਹੈ, ਇਹਦੇ 'ਚ ਹਰ ਵਰਗ ਮਰੇਗਾ। ਇਸ ਕਰਕੇ ਸਾਡੀ ਸਰਕਾਰ ਤੋਂ ਮੰਗ ਹੈ ਕਿ ਜਿਹੜੇ ਕਿਸਾਨ ਵਿਰੋਧੀ ਤੁਸੀਂ 3 ਆਰਡੀਨੈਂਸ ਲੈ ਕੇ ਆਏ ਹੋ, ਇਹੋ ਜੀ ਕਿਹੜੀ ਐਮਰਜੈਂਸੀ ਆ ਗਈ ਸੀ? ਉਦੋਂ ਹੀ ਇਹ ਰਾਸ਼ਟਰਪਤੀ ਦੀਆਂ ਪਾਵਰਾਂ ਵਰਤੀਆਂ ਜਾਂਦੀਆਂ, ਸਰਕਾਰਾਂ ਆਰਡੀਨੈਂਸ ਉਦੋਂ ਲੈ ਕੇ ਆਉਂਦੀਆਂ ਜਦੋਂ ਕੋਈ ਦੇਸ਼ 'ਤੇ ਆਫਤ ਆ ਜਾਏ ਜਾਂ ਕੋਈ ਜੰਗ ਲੱਗ ਜਾਏ ਦੂਜੇ ਮੁਲਕ ਨਾਲ ਜਾਂ ਕੋਈ ਮਹਾਂਮਾਰੀ ਫੈਲ ਜਾਏ। ਪਰ ਇਹਨਾਂ ਨੇ ਕਰੋਨਾ ਦੀ ਆੜ ਦੇ ਵਿੱਚ, ਕਰੋਨਾ ਕੁਛ ਵੀ ਨਹੀਂ, ਸਿਰਫ ਕਰੋਨਾ ਇਹਨਾਂ ਨੇ ਹਊਆ ਫੈਲਾਇਆ ਹੋਇਆ। ਦੱਸੋ ਤੁਸੀਂ ਇੱਥੇ ਕੋਈ ਛੜਕ 'ਤੇ ਮਰਦਾ ਵੇਖਿਆ ਤੜਪ ਕੇ, ਜਾਂ ਕੋਈ ਇੱਥੇ ਭਿਖਾਰੀ ਫਿਰਦੇ ਨੇ ਜਿਹੜਾ ਕੋਈ ਮਾਸਕ ਨਹੀਂ ਲਾਉਂਦਾ ਮਰ ਕੇ ਵੇਖਿਆ, ਕੋਈ ਪੰਛੀ ਤੜਪ ਕੇ ਮਰਦਾ ਵੇਖਿਆ? ਜਦੋਂ ਕਰੋਨਾ ਹੁੰਦਾ ਉਹ ਹਸਪਤਾਲ 'ਚ ਜਾ ਕੇ ਕਿਉਂ ਹੁੰਦਾ? ਹਸਪਤਾਲ 'ਚ ਹੀ ਬੰਦਾ ਜਾ ਕੇ ਕਿਉਂ ਮਰਦਾ? ਸੜਕਾਂ 'ਤੇ ਕਿਉਂ ਨਹੀਂ ਮਰਦੇ? ਅਤੇ ਇਹ ਜਿਹੜੇ ਮੰਤਰੀ ਹੁੰਦੇ ਆ, ਜਿਹੜੇ ਮੰਤਰੀ ਨੂੰ ਹੋ ਜਾਂਦਾ ਜਾਂ ਕਿਸੇ ਅਫਸਰ ਨੂੰ ਹੋ ਜਾਂਦਾ, ਉਹਨੂੰ ਤਾਂ ਪ੍ਰਾਈਵੇਟ ਹਸਪਤਾਲਾਂ 'ਚ ਭਰਤੀ ਕਰਾ ਦਿੱਤਾ ਜਾਂਦਾ। ਇੱਕ ਕਿਸਾਨ ਆ, ਮਜ਼ਦੂਰ ਆ, ਜਿਹਨੂੰ ਸਰਕਾਰੀ ਹਸਪਤਾਲਾਂ 'ਚ ਸੈੱਟ ਦਿੱਤਾ ਜਾਂਦਾ, ਨਾ ਉੱਥੇ ਡਾਕਟਰ ਹੈ, ਨਾ ਉੱਥੇ ਆਕਸੀਜਨ ਹੈ, ਨਾ ਕੁਛ, ਕੋਈ ਇਲਾਜ ਦਾ ਪ੍ਰਬੰਧ ਨਹੀਂ ਹੈ। ਸਾਨੂੰ ਦੱਸੇ ਸਰਕਾਰ, ਤੁਸੀਂ ਜਾ ਕੇ ਸਾਨੂੰ ਉੱਥੇ ਸੁੱਟਦੇ ਹੋ, ਸਾਡੇ ਇਲਾਜ ਦਾ ਪ੍ਰਬੰਧ ਕੀ ਹੈ? ਤੁਸੀਂ ਡਾਕਟਰ ਦਾ ਪ੍ਰਬੰਧ ਕੀਤਾ,
ਆਕਸੀਜਨ ਦਾ ਪ੍ਰਬੰਧ ਕੀਤਾ, ਵੈਂਟੀਲੇਟਰ ਦਾ ਪ੍ਰਬੰਧ ਹੈ, ਜੇ ਪੁੱਛਦੇ ਆ ਤੇ ਅੱਗੋਂ ਉਹਨਾਂ ਦਾ ਆਉਂਦਾ ਜੀ ਨਹੀਂ ਹੈ, ਤੇ ਫਿਰ ਕਾਹਦੇ ਵਾਸਤੇ ਲੈ ਕੇ ਜਾਂਦੀਆਂ ਸਾਨੂੰ ਸਰਕਾਰਾਂ? ਜਿਹੜਾ ਇਲਾਜ ਉਹ ਕਰਦੇ ਨੇ ਗਰਮ ਪਾਣੀ ਉਹ ਸਾਨੂੰ ਘਰੇ ਪਿਆਉਂਦੇ ਨੇ, ਗਰਮ ਪਾਣੀ ਅਸੀਂ ਘਰੇ ਵੀ ਪੀ ਸਕਦੇ ਹਾਂ ਜੇ ਉੱਥੇ ਪਿਆਉਂਦੇ ਆ। ਇਸ ਕਰਕੇ ਸਾਡੀ ਸਰਕਾਰ ਤੋਂ ਮੰਗ ਹੈ ਕਿ ਇਹ ਤਿੰਨੋਂ ਆਰਡੀਨੈਂਸ ਵਾਪਸ ਲੈ ਜਾਣ, ਫਿਰ ਸਾਡੀ ਕੇਂਦਰ ਦੀ ਸਰਕਾਰ ਇੱਕ ਬਿਜਲੀ ਸ਼ੋਧ ਬਿੱਲ 2020 ਲੈ ਕੇ ਆਈ ਹੈ ਜਿਹਦੇ ਤਹਿਤ SCBC ਨੂੰ ਮਿਲਦੀ 200 ਯੂਨਿਟ ਖਤਮ ਹੋ ਜਾਏਗੀ, ਕਿਸਾਨਾਂ ਨੂੰ ਮਿਲਦੀ ਖੇਤੀ ਮੋਟਰਾਂ ਦੀ ਬਿਜਲੀ ਉਹ ਵੀ ਖਤਮ ਹੋ ਜਾਏਗੀ, ਕਿਸਾਨਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾਏਗੀ, ਸਾਰਾ ਬਿਜਲੀ ਬੋਰਡ ਸੈਂਟਰ ਦੇ ਥੱਲੇ ਚੱਲ ਜਾਏਗਾ, ਸੈਂਟਰ ਦੇ ਕੰਟਰੋਲ ਥੱਲੇ ਆ ਜਾਏਗਾ, ਤੇ ਸੂਬਾ ਸਰਕਾਰ ਦੇ ਹੱਥ 'ਚ ਕੁਛ ਨਹੀਂ ਰਹਿ ਜਾਏਗਾ, ਉਹ ਕੋਈ ਸਹੂਲਤ ਆਪਦੇ ਵਸ਼ਿੰਦਿਆਂ ਨੂੰ ਨਹੀਂ ਦੇ ਸਕੀ। ਇਸ ਕਰਕੇ ਸਾਡੀ ਪੁਰਜ਼ੋਰ ਮੰਗ ਹੈ ਇੱਥੇ ਚਾਹੇ ਕੁਛ ਹੋ ਜਾਏ ਇਹ ਸਾਰੇ ਅਸੀਂ ਆਰਡੀਨੈਂਸ ਵਾਪਸ ਕਰਾ ਕੇ ਦਮ ਲਵਾਂਗੇ। ਇੱਥੇ ਜਾਨਾਂ ਵੀ ਦੇਣੀਆਂ ਪਈਆਂ, ਜਾਨਾਂ ਵੀ ਲੱਗਣਗੀਆਂ, ਅਸੀਂ ਸਰਕਾਰ ਨੂੰ ਅੱਗੇ ਸ਼ਰੇਆਮ ਕਹਿ ਚੁੱਕੇ ਹਾਂ, ਕੈਪਟਨ ਸਾਹਿਬ ਨੂੰ ਵੀ। ਕੈਪਟਨ ਸਾਹਿਬ ਕਹਿੰਦੇ ਲੜ ਕੇ ਲੜਾਂਗੇ, ਅਸੀਂ ਕਿਹਾ ਸਾਡਾ ਤੁਹਾਡਾ ਕੋਈ ਮੇਲ ਨਹੀਂ ਕੈਪਟਨ ਸਾਹਿਬ, ਤੁਸੀਂ ਇੱਕ ਆਪਦੀ ਫੋਰਸ ਆਪਦੇ ਕਾਬੂ 'ਚ ਰੱਖਿਆ ਜੇ। ਲੜਨ ਨੂੰ ਮਰਨ ਨੂੰ ਅਸੀਂ ਬੜੀ ਤਗੜੇ ਹਾਂ, ਅੱਜ ਤੱਕ ਪੰਜਾਬੀ ਸੰਘਰਸ਼ ਹੀ ਕਰਦੇ ਆਏ ਆ, ਲੜਦੇ ਆਏ ਆ, ਮਰਦੇ ਆਏ ਆ, ਇਹ ਜਾਨਾਂ ਵੀ ਦੇ ਦੇਣਗੇ, ਪਰ ਇਹ ਆਰਡੀਨੈਂਸ ਇੱਥੇ ਲਾਗੂ ਨਹੀਂ ਹੁੰਦੇ। ਅੱਜ ਜੋ ਇਹ ਸਾਡਾ ਧਰਨਾ ਵਾ, ਪੂਰੇ ਪੰਜਾਬ 9 DC ਦਫ਼ਤਰਾਂ ਗਾੜੀ ਧਰਨੇ ਲੱਗੇ ਹੋਏ ਆ, ਇਸ ਤਰ੍ਹਾਂ ਫਾਜ਼ਿਲ ਕੇ ਲੱਗਾ ਹੋਇਆ। ਇਹ ਜੇਲ੍ਹ ਭਰੋ ਮੋਰਚਾ ਵਾ ਸਾਡਾ, ਜੇਲ੍ਹ ਭਰੋ ਮੋਰਚਾ ਹੀ ਲਾ ਕੇ ਬੈਠੇ ਹੋਏ ਆ। 11 ਜਿਹੜੇ ਆਗੂ ਆ ਉਹ ਅਸੀਂ ਅੰਦਰ DC ਕੰਪਲੈਕਸ ਦੇ ਭੇਜੇ ਹੋਏ ਆ ਕਿ ਉਹਨਾਂ ਨੂੰ ਜੇਲ੍ਹ ਲੈ ਜਾਣ। ਇਸ ਤਰ੍ਹਾਂ ਬਾਕੀ ਥਾਵਾਂ 'ਤੇ ਪੂਰੇ ਪੰਜਾਬ 'ਚ ਉਹ ਅਸੀਂ ਖੜੇ ਹੋਏ ਆ, ਦਿੱਤੇ ਹੋਏ ਆ ਇਹਨਾਂ ਨੂੰ ਗ੍ਰਿਫਤਾਰੀ ਵਾਸਤੇ। ਇਹ ਗ੍ਰਿਫਤਾਰੀ ਦੇ ਜਥੇ ਅਸੀਂ ਰੋਜ਼ ਪੇਸ਼ ਕਰਾਂਗੇ। ਸਾਡੀ ਮੰਗ ਆ ਵੀ ਜਿਹੜੇ ਤਿੰਨੇ ਆਰਡੀਨੈਂਸ ਜਿਹੜੇ ਖੇਤੀ ਸੁਧਾਰਾਂ ਦੇ ਨਾਮ 'ਤੇ ਮੋਦੀ ਸਰਕਾਰ ਨੇ ਕੀਤੇ ਆ, ਜਿਹਨਾਂ ਦਾ ਅਕਾਲੀ ਦਲ ਸਮਰਥਨ ਕਰ ਰਿਹਾ ਵਾ, ਉਹ ਤਿੰਨੇ ਖੇਤੀ ਆਰਡੀਨੈਂਸ ਰੱਦ ਕੀਤੇ ਜਾਣ। ਬਿਜਲੀ ਸੋਧ ਬਿੱਲ 2020 ਜਿਹਦੇ ਨਾਲ ਕ੍ਰੋਸ ਵੀ ਕਿਸਾਨਾਂ ਦੀ ਵੀ ਬੰਦ ਹੋ ਜਾਣੀ, 72,000 ਦਾ ਬਿੱਲ ਲੱਗਣਾ ਪੰਪੀਆਂ ਨੂੰ, ਅਤੇ ਮਜ਼ਦੂਰਾਂ ਦੀ ਜਿਹੜੀ 200 ਯੂਨਿਟ ਖਤਮ ਹੋ ਜਾਣੀ ਆ, ਉਹ ਬਿਜਲੀ ਸੋਧ ਬਿੱਲ 2020 ਦਾ ਖਰੜਾ ਜਿਹੜਾ ਉਹ ਵੀ ਰੱਦ ਕੀਤਾ ਜਾਵੇ। 14 ਨੂੰ ਜਿਹੜਾ ਇਜਲਾਸ ਹੋ ਰਿਹਾ ਮੋਦੀ ਦੀ ਸਰਕਾਰ ਉਹਦੇ 'ਚ ਰੱਦ ਕਰੇ ਇਹ ਤਿੰਨੇ ਆਰਡੀਨੈਂਸ ਦਾ ਬਿਜਲੀ ਸੋਧ ਬਿੱਲ 2020, ਜੇ ਨਹੀਂ ਤਾਂ ਸਾਡਿਆਂ ਜਥਿਆਂ ਨੂੰ ਫਿਰ ਜੇਲ੍ਹ ਭੇਜਿਆ ਜਾਵੇ, ਜੇ ਨਾ ਸਾਡੇ ਮਸਲੇ ਹੱਲ ਨਹੀਂ ਕਰਨੇ ਫਿਰ ਉੱਧਰ ਭੇਜਿਆ ਜਾਵੇ। ਇਸ ਮੰਗ ਨੂੰ ਅਸੀਂ ਲੈ ਕੇ ਇਹ ਮੋਰਚਾ ਜਿਹੜਾ ਵਾ ਆਰ ਪਾਰ ਦਾ ਸਾਡਾ ਮੋਰਚਾ ਵਾ, ਇਹ ਕਿਸਾਨਾਂ ਦੇ ਜਿਹੜੇ ਆਰਡੀਨੈਂਸ ਆ ਬਹੁਤ ਦੇ ਵਰੰਟ ਦਸਖਤ ਆ, ਕਿਸਾਨਾਂ ਦੀਆਂ ਜ਼ਮੀਨਾਂ ਜਾਣੀਆਂ, ਪੰਜਾਬ ਦਾ ਅਰਥਚਾਰਾ ਜਾਣਾ, ਇਹ ਸੰਘੀ ਢਾਂਚੇ ਦੇ ਵੀ ਅਮਲਾ ਵਾ ਸੂਬਿਆਂ ਦੇ, ਇਸ ਕਰਕੇ ਇਹਨੂੰ ਅਸੀਂ ਬੜਾ ਖਤਰਨਾਕ ਗਿਣ ਰਹੇ ਹਾਂ ਅਤੇ ਜ਼ਿੰਦਗੀ ਮੌਤ ਦਾ ਸਵਾਲ ਬਣ ਕੇ ਬਣਾ ਕੇ ਇੱਥੇ ਬੈਠੇ ਹਾਂ। ਉਹਦੇ ਬਾਰੇ ਅਸੀਂ ਕੁਛ ਨਹੀਂ ਕਰਦੇ, ਬਾਕੀ ਨੇ ਜਿਹੜਾ ਗ੍ਰਿਫਤਾਰੀਆਂ ਵਾਸਤੇ ਕਹਿ ਰਿਹਾ, ਜਿਹੜੇ ਬੰਦੇ ਗ੍ਰਿਫਤਾਰੀ ਦੇਣਗੇ ਉਹ ਅਸੀਂ ਗ੍ਰਿਫਤਾਰੀ ਪਾਵਾਂਗੇ। ਪਤਾ ਕਰਨ ਨੇ ਕਿੰਨੇ ਪਹੁੰਚੇ ਆ, ਇਸੇ ਤਰ੍ਹਾਂ ਸੰਗਰੂਰ ਵਿਖੇ ਵੀ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਆਰਡੀਨੈਂਸਾਂ ਖਿਲਾਫ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਇਸ ਸੰਬੰਧੀ ਉਹਨਾਂ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਦਿੱਤਾ ਤੇ ਕਿਹਾ ਕਿ ਕੇਂਦਰ ਨੇ ਜੋ ਆਰਡੀਨੈਂਸ ਜਾਰੀ ਕੀਤੇ ਹਨ ਉਹ ਕਿਸਾਨਾਂ ਦੇ ਵਿਰੁੱਧ ਹਨ ਤੇ ਜੇਕਰ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਆਰਡੀਨੈਂਸ ਰੱਦ ਨਾ ਕੀਤੇ ਤਾਂ ਉਹ 15 ਸਤੰਬਰ ਤੋਂ ਪੱਕੇ ਮੋਰਚੇ ਲਗਾਉਣਗੇ। ਧਰਨਾ ਇਹ ਹੈ ਵੀ ਇਹ ਜਿਹੜੀਆਂ ਮੰਗਾਂ ਨੇ ਇਹ ਸੈਂਟਰ ਨਾਲ ਸੰਬੰਧਿਤ ਮੰਗਾਂ ਸੀ। ਪਿਛਲੇ ਦਿਨਾਂ ਦੇ ਵਿੱਚ 5 ਜੂਨ ਨੂੰ ਕੇਂਦਰ ਦੀ ਸਰਕਾਰ ਨੇ ਜਿਹੜੇ ਖੇਤੀ ਆਰਡੀਨੈਂਸ ਲਿਆਂਦੇ ਸੀ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਅਸੀਂ DC ਦਫ਼ਤਰ ਸੰਗਰੂਰ ਦੇ ਮੂਹਰੇ ਧਰਨਾ ਦੇ ਕੇ ਮੰਗ ਪੱਤਰ ਦਿੱਤਾ। ਪੂਰੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਮੰਗ ਪੱਤਰ ਦਿੱਤੇ ਹੈ ਕਿ ਜਿਹੜੇ ਖੇਤੀ ਵਿਰੋਧੀ ਆਰਡੀਨੈਂਸ ਹੈ ਬਿਜਲੀ ਬਿੱਲ 2020 ਹੈ ਉਹ ਵਾਪਸ ਲਓ। ਇਹ ਕਿਸਾਨਾਂ ਦੇ ਵਿਰੋਧੀ ਆਰਡੀਨੈਂਸ ਨੇ, ਲੋਕਾਂ ਦੇ ਵਿਰੋਧੀ ਫੈਸਲਿਆਂ ਨੂੰ ਵਾਪਸ ਕਰਾਉਣ ਲਈ ਅਸੀਂ ਆਉਂਦੇ ਦਿਨਾਂ ਦੇ ਵਿੱਚ ਵੱਡੀ ਜਿਹੜੀ ਲੜਾਈ ਹੈ ਪੰਜਾਬ ਦੇ ਵਿੱਚ ਲੜਨ ਜਾ ਰਹੇ ਹਾਂ, ਜਿੱਥੇ 2 ਮੋਰਚੇ ਪੰਜਾਬ ਦੇ ਵਿੱਚ ਲੱਗਣ ਜਾਣਗੇ ਭਾਰਤੀ ਕਿਸਾਨ ਯੂਨੀਵਰਾਹਾਂ ਵੱਲੋਂ, ਇੱਕ ਪਟਿਆਲੇ ਦੇ ਵਿੱਚ, ਇੱਕ ਬਾਦਲ ਪਿੰਡ ਦੇ ਵਿੱਚ। ਪੰਜਾਬ ਦੇ ਵਿੱਚ ਲਗਭਗ 16 ਜ਼ਿਲ੍ਹਿਆਂ ਦੇ ਵਿੱਚ ਇਹ ਪ੍ਰੋਗਰਾਮ ਹੋਇਆ ਹੈ। ਅੱਜ ਤਿਆਰੀ ਕਰ ਰਹੇ ਹਾਂ ਪਿੰਡ ਪਿੰਡ, ਆਉਂਦੇ ਦਿਨਾਂ 'ਚ ਵੱਡੇ ਮੋਰਚੇ ਲਾਵਾਂਗੇ। 15 ਤੋਂ ਲੈ ਕੇ 20 ਤਰੀਕ ਤੱਕ ਪੰਜਾਬ ਦੇ ਵਿੱਚ 2 ਮੋਰਚੇ ਲੱਗਣਗੇ। ਕਰਤਾਰ ਸਿੰਘ ਕਾਲਾ ਝਾੜ, ਜ਼ਿਲ੍ਹਾ ਪ੍ਰਚਾਰ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਜ਼ਿਲ੍ਹਾ ਸੰਗਰੂਰ। ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਅਤੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਤਾਲਮੇਲ ਮਾ ਪ੍ਰੋਗਰਾਮ ਆ ਜਿਹੜਾ ਪੂਰੇ ਪੰਜਾਬ ਦੇ DC ਦਫ਼ਤਰਾਂ ਅੱਗੇ ਕਰ ਰਹੇ ਹਾਂ। ਅੱਜ ਅਸੀਂ ਸੰਗਰੂਰ ਦੀ ਮੰਡੀ ਦੇ ਵਿੱਚ ਹਜ਼ਾਰਾਂ ਕਿਸਾਨ ਨੇ ਜਿਹੜੇ ਉਹ ਇਕੱਠੇ ਹੋ ਕੇ DC ਦਫ਼ਤਰ ਆਏ ਨੇ, ਕਿਉਂਕਿ ਸੈਂਟਰ ਦੀ ਸਰਕਾਰ ਆ ਜਿਹੜੀ ਉਹ ਨਵੇਂ 3 ਆਰਡੀਨੈਂਸ ਲੈ ਕੇ ਆਈ ਆ, ਉਹ ਆਰਡੀਨੈਂਸ ਖੇਤੀ ਵਿਰੋਧੀ
ਜੀ ਨੇ ਸਰਕਾਰ ਇੱਥੋਂ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਆ। ਸਾਡਾ ਮੰਡੀਕਰਨ ਬੋਰਡ ਸਰਕਾਰ ਨੇ ਤੋੜਤਾ ਇਹਦੇ ਵਿਰੋਧ ਦੇ ਵਿੱਚ ਕਿ ਇਹ ਸਰਕਾਰ ਮੰਡੀਕਰਨ ਬੋਰਡ ਦੀ ਤੋੜਨ ਵਾਲੀ ਨੀਤੀ ਨੂੰ ਰੱਦ ਕਰੇ। ਬਿਜਲੀ ਐਕਟ 2020 ਲੈ ਕੇ ਆਏ ਨੇ ਉਹਨੂੰ ਸਰਕਾਰ ਰੱਦ ਕਰੇ। ਇਸ ਕਰਕੇ ਅਸੀਂ ਇਹ ਮੰਗ ਪੱਤਰ ਨੇ ਜਿਹੜੇ ਅੱਜ DC ਰੱਦ ਦੇ ਰਾਹੀਂ ਇੱਥੋਂ ਦੇ ਪ੍ਰਧਾਨ ਮੰਤਰੀ ਨੂੰ ਭੇਜ ਰਹੇ ਹਾਂ ਅਤੇ ਸੁਣਾਉਣੀ ਕਰਨ ਆਇਆ ਕਿ ਪ੍ਰਧਾਨ ਮੰਤਰੀ ਸਾਹਿਬ ਕੰਧ 'ਤੇ ਲਿਖਿਆ ਪੜ੍ਹ ਲਾ, ਜੇ ਤਾਂ ਆਹ ਆਰਡੀਨੈਂਸ ਵਾਪਸ ਨਾ ਕੀਤੇ ਤਾਂ ਆਉਣ ਵਾਲੀ 15 ਤਰੀਕ ਤੋਂ ਲੈ ਕੇ 20 ਤਰੀਕ ਤੱਕ ਉੱਥੇ ਹਰਸਿਮਰ ਦੀ ਕੋਠੀ ਮੂਹਰੇ ਪੱਕਾ ਮੋਰਚਾ ਲਾਉਣ ਜਾ ਰਿਹਾ, ਉੱਧਰੋਂ ਪਟਿਆਲੇ ਦੇ ਵਿੱਚ ਮੋਤੀ ਮਹਿਲਾਂ ਦੇ ਅੱਗੇ ਪੱਕਾ ਮੋਰਚਾ ਲਾਉਣ ਜਾ ਰਿਹਾ, ਕਿਉਂਕਿ ਜਿਹੜੇ ਵੋਟਾਂ ਵੇਲੇ ਵਾਅਦੇ ਕੀਤੇ ਨੇ ਕਿ ਕਿਸਾਨੋਂ ਤੁਹਾਡੇ ਕਰਜ਼ੇ ਖਤਮ ਕਰਾਂਗੇ ਅਤੇ ਤੁਹਾਡੇ ਆਇਤ ਪੰਜਾਬ 'ਚੋਂ ਨਸ਼ੇ ਖਤਮ ਕਰ ਦਿਆਂਗੇ। ਆਹ ਪਰਾਲੀ ਦੇ ਮੁੱਦੇ ਨੂੰ ਲੈ ਕੇ ਇਹ ਪਰਾਲੀ ਦੇ ਮੁੱਦੇ ਦੇ ਉੱਤੇ ਸਰਕਾਰ ਅਦਾਲਤ ਦੇ ਵਿੱਚ ਕੋਈ ਜਵਾਬ ਨਹੀਂ ਦੇ ਸਕੀ। ਇਸ ਕਰਕੇ ਪਰਾਲੀ ਦਾ ਕੋਈ ਸੋਸ ਹੱਲ ਕਰੇ ਸਰਕਾਰ, ਇਸ ਕਰਕੇ 6 ਦਿਨ ਦਾ ਪੱਕਾ ਮੋਰਚਾ ਅਸੀਂ ਪਟਿਆਲੇ ਦੇ ਵਿੱਚ ਲਾਉਣ ਜਾ ਰਹੇ ਹਾਂ ਅਤੇ 6 ਦਿਨ ਦਾ ਮੋਰਚਾ ਬਾਦਲ ਦੇ ਵਿੱਚ ਲਾਉਣ ਜਾ ਰਿਹਾ। ਇਸ ਕਰਕੇ ਸਰਕਾਰ ਇਹਨਾਂ ਮਸਲਿਆਂ ਵੱਲ ਧਿਆਨ ਦੇਵੇ, ਨਹੀਂ ਪਿੰਡਾਂ ਦੇ ਵਿੱਚੋਂ ਲੋਕ ਉੱਠ ਰਹੇ ਨੇ ਅਤੇ ਆਹ ਪਿਛਲੇ ਦਿਨ 25 ਤੋਂ ਲੈ ਕੇ 29 ਤੱਕ ਅਸੀਂ ਵੱਡੇ ਮੋਰਚੇ ਜਿਹੜੇ ਪਿੰਡਾਂ 'ਚ ਲਾਏ ਨੇ ਅਤੇ ਅਕਾਲੀ ਭਾਜਪਾ ਅਤੇ ਇਹਨਾਂ ਦੇ ਮੰਤਰੀਆਂ ਨੂੰ ਅਸੀਂ ਪਿੰਡਾਂ ਦੇ ਵਿੱਚ ਘਰੋ ਵੀ ਕੀਤੇ ਨੇ ਅਤੇ ਇਹਨਾਂ ਨੂੰ ਆਉਣ ਵਾਲੇ ਦਿਨਾਂ 'ਚ ਲੋਕ ਫਿਰ ਪਿੰਡਾਂ 'ਚ ਨਹੀਂ ਵੜਨ ਦੇਣਗੇ ਜੇ ਇਹਨਾਂ ਨੇ ਇਹ ਫੈਸਲੇ ਆਪਣੇ ਰੱਦ ਨਾ ਕੀਤੇ। ਇਸੇ ਤਰ੍ਹਾਂ ਆਪਣੀਆਂ ਮੰਗਾਂ ਨੂੰ ਲੈ ਕੇ ਅਧਿਆਪਕ ਯੂਨੀਅਨ ਨੇ ਵੀ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਅਧਿਆਪਕ ਯੂਨੀਅਨ ਦੀ ਮੈਂਬਰ ਹਰਪ੍ਰੀਤ ਕੌਰ ਨੇ ਕਿਹਾ ਕਿ ਉਹ ਪਿਛਲੇ 17 ਸਾਲਾਂ ਤੋਂ ਸਿਰਫ 6000 ਰੁਪਏ ਵਿੱਚ ਕੰਮ ਕਰ ਰਹੇ ਹਨ। ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਉਹਨਾਂ ਨੂੰ ਪੱਕਾ ਕੀਤਾ ਜਾਵੇਗਾ, ਪਰੰਤੂ ਅਜੇ ਤੱਕ ਅਜਿਹਾ ਨਹੀਂ ਹੋਇਆ ਹੈ। ਕਈ ਮੀਟਿੰਗਾਂ ਵੀ ਹੋਈਆਂ, ਹਰ ਵਾਰ ਉਹਨਾਂ ਨੂੰ ਨਵਾਂ ਲਾਰਾ ਮਿਲਦਾ ਹੈ, ਪਰ ਹੁਣ ਉਹ ਚੁੱਪ ਨਹੀਂ ਬੈਠਣਗੇ। ਕਾਫੀ ਸਮਾਂ ਬੀਤ ਚੁੱਕਾ, 17 ਸਾਲ ਹੋ ਗਏ, ਅਸੀਂ 6000 ਰੁਪਏ ਤੇ ਕੰਮ ਕਰ ਰਹੇ ਹਾਂ ਤੇ ਕੈਪਟਨ ਸਰਕਾਰ ਨੇ ਵੀ ਸਾਨੂੰ ਸੱਤਾ 'ਚ ਆਉਣ ਤੋਂ ਪਹਿਲਾਂ ਇੱਕ ਵਾਅਦਾ ਕੀਤਾ ਸੀ ਕਿ ਮੈਂ ਪਹਿਲੀ ਮੀਟਿੰਗ 'ਚ ਆਉਂਦਿਆਂ ਹੀ ਤੁਹਾਨੂੰ ਰੈਗੂਲਰ ਕਰ ਦਾਂਗਾ, ਪਰ ਕੈਪਟਨ ਸਰਕਾਰ ਨੇ ਅਜੇ ਤੱਕ ਸਾਡੇ ਨਾਲ ਕੋਈ ਮੀਟਿੰਗ ਨਹੀਂ ਕੀਤੀ। ਲਾਰੇ ਲਾਉਂਦੇ ਰਹੇ, ਅਸੀਂ ਸਾਰੇ ETT BED ਹੋਲਡਰ ਹਾਂ, ਸਾਨੂੰ ਉਹਨਾਂ ਨੇ ETT BED ਹੋਲਡਰ ਨੂੰ ਵੀ NTT ਕੋਰਸ ਦੇ ਉੱਤੇ ਲਾਤਾ, ਕਹਿੰਦੇ ਸੀ ਕਿ ਪਹਿਲਾਂ NTT ਕੋਰਸ ਕਰਕੇ ਆਓ ਫਿਰ ਤੁਹਾਨੂੰ ਰੈਗੂਲਰ ਕਰਾਂਗੇ। NTT ਕੋਰਸ ਦੇ ਵੀ ਸਾਡੇ ਪੇਪਰ 28 ਤਰੀਕ ਨੂੰ ਹੋ ਜਾ ਰਹੇ ਹੈ, ਜੋ ਕਿ ਆਫਲਾਈਨ ਲੈਣ ਜਾ ਰਹੇ ਹੈ। ਸਾਡੀ ਮੰਗ ਹੈ ਕਿ ਜਿਹੜੇ ਆਫਲਾਈਨ ਪੇਪਰ ਨਾ ਲਏ ਜਾਣ, ਆਨਲਾਈਨ ਲਏ ਜਾਣ, ਕਿਉਂਕਿ ਕਰੋਨਾ ਮਹਾਂਮਾਰੀ ਚੱਲਦੀ ਪਈ ਆ। ਦੂਜਾ ਇਹ ਕਿ ਸਾਨੂੰ ਜਿੰਨੀ ਦੇਰ ਤੱਕ ਰੈਗੂਲਰ ਨਹੀਂ ਕਰਦੇ, ਘੱਟੋ ਘੱਟ ਸਰਕਾਰ ਸਾਡੀ ਉਨੀ ਦੇਰ ਤੱਕ ਸੈਲਰੀ 'ਚ ਸਾਨੂੰ ਵਾਧਾ ਕਰੇ, ਤਾਂ ਜੋ ਕਰੋਨਾ ਮਹਾਂਮਾਰੀ ਦੌਰਾਨ ਸਾਡੇ ਵੀ ਘਰਾਂ ਦਾ ਗੁਜ਼ਾਰਾ ਚੱਲ ਸਕੇ। ਸਾਡੇ ਕਈ ਟੀਚਰ ਜਿਹੜੇ ਸਾਰੇ ਤਕਰੀਬਨ ਸਾਰੇ ਟੀਚਰ ਸਕੂਲਾਂ 'ਚ ਜਾ ਰਹੇ ਆ, ਡਿਊਟੀਆਂ ਲੱਗ ਰਹੀਆਂ ਆ, ਨਾ ਹੀ ਸਾਡਾ ਬੀਮਾ ਕੀਤਾ ਗਿਆ ਕੋਈ, ਨਾ ਹੀ ਸਾਨੂੰ ਕੋਈ ਵੀ ਸਹੂਲਤ ਦਿੱਤੀ ਗਈ ਕਰੋਨਾ ਮਹਾਂਮਾਰੀ ਦੌਰਾਨ। ਸਾਡੀ ਸਰਕਾਰ ਤੋਂ ਜੋ ਮੰਗ ਹੈ ਕਿ ਸਾਨੂੰ ਵੀ ਕਰੋਨਾ ਮਹਾਂਮਾਰੀ ਦੌਰਾਨ ਸਾਡੀ ਸੈਲਰੀ 'ਚ ਵਾਧਾ ਕੀਤਾ ਜਾਵੇ, ਸਾਡੀਆਂ ਵੀ ਸਹੂਲਤਾਂ ਦਿੱਤੀਆਂ ਜਾਣ। ਜੇ ਸਰਕਾਰ ਸਾਨੂੰ ਸਹੂਲਤਾਂ ਨਹੀਂ ਦਿੰਦੀ, ਸਾਡੀ ਸੈਲਰੀ 'ਚ ਵਾਧਾ ਉਹਨਾਂ 'ਤੇ ਟਾਈਮ ਤੱਕ ਨਹੀਂ ਕਰਦੀ, ਉਹ ਫਿਰ ਅਸੀਂ ਸੜਕਾਂ 'ਤੇ ਉਤਰਾਂਗੇ। ਇਹ ਸਾਰਾ ਜਿਹੜਾ ਹੈ, ਜੇ ਉਹ ਸਾਡੇ ਨਾਲ ਹਵੀ ਨਵੀਂ ਕੁਛ ਵੀ ਘਟਨਾ ਵਾਪਰਦੀ ਹੈ ਤਾਂ ਉਹਦਾ ਪੰਜਾਬ ਸਰਕਾਰ ਜ਼ਿੰਮੇਵਾਰ ਹੋਏਗੀ। ਪਹਿਲਾਂ ਵੀ ਤੁਹਾਡੇ ਵੱਲੋਂ ਕਈ ਰੋਸ ਮੁਜ਼ਾਹਰੇ ਕੀਤੇ ਗਏ, ਕਈ ਪ੍ਰੋਟੈਸਟ ਕੀਤੇ ਗਏ, ਕਈਆਂ ਸੰਸਥਾਵਾਂ ਨੇ ਤੁਹਾਨੂੰ ਸਮਰਥਨ ਵੀ ਦਿੱਤਾ, ਹਾਂਜੀ, ਤੁਹਾਡੀ ਬੈਠਕ ਵੀ ਹੋਈ ਕਈਆਂ ਨਾਲ, ਉਦੋਂ ਕੋਈ ਹੱਲ ਨਹੀਂ ਨਿਕਲਿਆ ਇਹਦਾ? ਸਾਡਾ ਕੋਈ ਹੱਲ ਨਹੀਂ ਨਿਕਲਿਆ, ਹਰੇਕ ਮੀਟਿੰਗ ਹਰੇਕ ਬੈਠਕ ਵਿੱਚ ਇੱਕ ਨਵਾਂ ਲਾਰਾ ਮਿਲਦਾ ਸੀ ਸਾਨੂੰ। ਠੀਕ ਹੈ ਜੀ, ਹੁਣ ਅਗਲੀ ਰਣਨੀਤੀ ਕੀ ਹੋਏਗੀ ਤੁਹਾਡੀ ਜੇ ਤੁਹਾਡੀ ਹੁਣ ਵੀ ਸੁਣਵਾਈ ਨਾ ਹੋਈ? ਜੇ ਸਾਡੀ ਹੁਣ ਵੀ ਸੁਣਵਾਈ ਨਾ ਹੋਈ ਤਾਂ ਇਸ ਤੋਂ ਵੀ ਅਸੀਂ ਤਿੱਖਾ ਸੰਘਰਸ਼, ਜੋ ਪਹਿਲਾਂ ਅਸੀਂ ਸੰਘਰਸ਼ ਕੀਤੇ ਉਸ ਨਾਲ ਵੀ ਤਿੱਖਾ ਸੰਘਰਸ਼ ਕੀਤਾ ਜਾਏਗਾ, ਜੋ ਪੰਜਾਬ ਸਰਕਾਰ ਜ਼ਿੰਮੇਵਾਰ ਹੋਏਗੀ। ਸਮਾਂ ਵੱਲੋਂ ਸਾਧੂ ਸਿੰਘ ਧਰਮਸੋਤ ਦੇ ਵੀ ਪੁਤਲੇ ਫੂਕੇ ਜਾ ਰਹੇ ਨੇ, ਸਕੋਲਰਸ਼ਿਪ ਦੇ ਮੈਟਰ ਨੂੰ ਬੜਾ ਚੱਕਿਆ ਜਾ ਰਿਹਾ, ਸਟੂਡੈਂਟਸ ਵੀ ਧਰਨਿਆਂ 'ਤੇ ਬੈਠੇ ਨੇ, ਇਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖ ਰਹੇ ਹੋ? ਅਸੀਂ ਇਹ ਦੇਖਦੇ ਪਏ ਹਾਂ ਕਿ ਜੇ ਉਹ ਬੱਚਿਆਂ ਦਾ ਵਜ਼ੀਫਾ ਤੱਕ ਖਾ ਜਾਂਦੇ ਆ ਤਾਂ ਇਹ ਸਰਕਾਰਾਂ ਸਾਨੂੰ ਵੀ ਲਾਰਾ ਲਾ ਲਈਆਂ, ਸਾਨੂੰ ਕਦੋਂ ਤੱਕ ਪੱਕੇ ਕਰਨਗੀਆਂ? ਜੇ ਉਹ ਬੱਚਿਆਂ ਦਾ ਭਵਿੱਖ ਹੀ ਨਹੀਂ ਸੁਰੱਖਿਅਤ ਤਾਂ ਉਹ ਟੀਚਰਾਂ ਦਾ ਵੀ ਸਾਡਾ ਕੀ ਸੁਰੱਖਿਅਤ ਹੋਏਗਾ?